ਨਮਸਤੇ ਦੋਸਤ, ਦਿਖਾ ਦਿਓ ਗ੍ਰਿਡ ਜੰਮੂ ਅਤੇ ਮੈਂ ਪੰਕਜ ਖਜੂਰੀਆ। ਮੇਰੇ ਕੰਨੇ ਇਸਲੈ ਗੱਲਬਾਤ ਕਰਨੇ ਤਾਂ ਸਾਦਿਕਾ ਖਾਨ ਹੋਰ ਨੇ। ਔਰ ਗੁਰਤਲਬ ਹੈ ਕਿ ਕੁਬਾੜਾ ਦਾ ਚਲੇ ਗੱਡੀ ਲਈ ਹੈ ਔਰ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਅਯੋਧਿਆ ਪੁੱਜੇ, ਜਿੱਥੇ 22 ਜਨਵਰੀ ਮੰਦਿਰ ਦਾ ਇਨੈਗੋਰੇਸ਼ਨ ਮਾਨਣੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਔਰ ਉੱਥੇ ਜਿਹੜੀ ਪ੍ਰਤਿਮਾ ਲੱਗੀ ਰਾਮ ਲੱਲਾ ਜੀ ਦੀ, 500 ਸਾਲ ਬਾਅਦ, 498 ਸਾਲ ਬਾਅਦ ਜਿਹੜਾ ਆ ਉੱਥੇ ਮੰਦਿਰ ਬਣਿਆ। ਔਰ ਬੜੇ ਧੂਮਧਾਮ ਕਰਨਾ, ਬੜੇ ਹਰਸ਼ੋਲਾਸ ਕਰਨਾ, ਪੂਰੇ ਭਾਰਤ ਵਰਸ਼ 'ਚ ਉਹ ਦਿਨ ਜਿਹੜਾ ਆ ਮਨਾਇਆ ਗਿਆ। ਸਾਦਿਕਾ ਖਾਨ ਹੈ ਮੇਰੇ ਸਾਥ, ਬਾਤਚੀਤ ਕਰੇਂਗੇ ਇਨਸੇ, ਕਿਆ ਇਨਕੇ ਮਨ ਮੇ ਆਇਆ ਔਰ ਰਾਤ ਕੋ ਹੀ ਗਾੜੀ ਨਿਕਾਲੀ ਔਰ ਕਿਤਨੇ ਦਿਨ ਮੇਂ ਵਹਾਂ ਪਹੁੰਚੇ। ਪਹਿਲੇ ਤਾਂ ਸ਼ੁਕਰੀਆ ਸਰ, ਆਪਕੇ ਚੈਨਲ ਕੇ ਮਾਧਿਅਮ ਸੇ ਮੁਝੇ ਸੁਣੇਂਗੇ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੰਜਾਬੀ 'ਚ ਗੱਲ ਕੀਤੀ, ਬਿਲਕੁਲ ਪੰਜਾਬੀ 'ਚ, ਮੈਂ ਵੀ ਪੰਜਾਬੀ 'ਚ ਕਰਨਾ ਚਾਹੁੰਦੀ ਹਾਂ। ਬਿਲਕੁਲ ਬਿਲਕੁਲ, ਇਹ ਭਾਸ਼ਾ ਆਉਂਦੀ ਹੈ ਅਤੇ ਮੈਂ ਆਪਣਾ ਉੱਥੇ ਟੰਗਡਾਰ ਕਰਨਾ 'ਚ ਸੀਗੀ, ਡਿਸਟ੍ਰਿਕਟ ਕੁਪਵਾੜਾ ਮੇਰਾ ਡਿਸਟ੍ਰਿਕਟ ਹੈ, ਟੰਗਡਾਰ ਕਰਨਾ ਤੋਂ ਮੈਂ ਬਿਲੋਂਗ ਕਰਦੀ ਹਾਂ। ਅਤੇ ਉੱਥੇ ਰਾਤੀ ਸੁੱਤੇ ਪਿਆ ਮੈਨੂੰ ਇੱਕ ਸੁਪਨਾ ਆਇਆ, ਅਤੇ ਤਰੀਕ ਸੀਗੀ ਜੀ 18, 18 ਤਰੀਕ ਨੂੰ ਸੁਪਨਾ ਆਉਂਦਾ ਅਤੇ ਮੈਂ ਉੱਠ ਕੇ 2 ਵਜੇ, ਰਾਤੀ 2 ਵਜੇ ਉੱਠ ਕੇ ਬਹਿ ਗਈ ਹਾਂ ਅਤੇ ਮੈਨੂੰ ਐਵੇਂ ਜੁਲਚੁਟੀ ਜਿਹੀ ਲੱਗੀ। ਮੈਂ ਕਿਹਾ ਇਹ ਕੀ ਹੋ ਗਿਆ, ਮਤਲਬ ਸੋਚਣ ਦੀ ਗੱਲ ਹੈ। ਅਤੇ ਅੱਜ ਤੱਕ ਤਾਂ ਮੈਨੂੰ ਆਏ ਨਹੀਂ ਸੀਗੇ ਕਿਉਂਕਿ ਮੈਂ 15 ਸਾਲ ਤੋਂ ਲੰਗਰ ਜਾਰੀ ਰੱਖਦੀ ਹਾਂ ਆਪਣੇ, ਚਾਹੇ ਜੰਮੂ ਲਾ ਲਓ, ਚਾਹੇ ਕੁਪਵਾੜਾ ਲਾ ਲਓ, ਜਿੱਥੇ ਮਰਜ਼ੀ ਲਾ ਲਓ, ਪੰਜਾਬ 'ਚ ਹਰ ਜਗ੍ਹਾ, ਚੰਡੀਗੜ੍ਹ 'ਚ ਹਰ ਜਗ੍ਹਾ, ਮਨਸਾ ਦੇਵੀ ਹਰ ਜਗ੍ਹਾ ਮੈਂ ਆਪਣੇ ਲੰਗਰ ਰੱਖਦੀ ਹਾਂ। ਅਤੇ ਮੈਂ ਆਪਣੇ ਹਿੰਦੂ ਭਾਈਆਂ ਨਾਲ ਬਹੁਤ ਜ਼ਿਆਦਾ ਉੱਠਦੀ ਬਹਿੰਦੀ ਹਾਂ, ਪੰਜਾਬੀ ਭਾਈਆਂ ਨਾਲ ਵੀ ਬਹਿੰਦੀ ਹਾਂ, ਅਤੇ ਮਤਲਬ ਕਿਸੇ ਸਮਾਜ ਦਾ ਵੀ ਹੋਏ, ਮੈਂ ਕੈਂਸਰ ਦਿੱਤੀ ਮਰੀਜ਼ ਨੂੰ ਦਾ ਵੀ ਇਲਾਜ ਕਰਵਾਉਂਦੀ ਹਾਂ। ਮੈਂ ਕੋਈ ਵੀ ਜਿਹਦਾ ਵੀ ਮਤਲਬ ਕੋਈ ਵੀ ਛੋਟਾ ਮੋਟਾ ਕਿਸੇ ਨੂੰ ਵੀ ਕੋਈ ਪ੍ਰੋਬਲਮ, ਚਾਹੇ ਰਾਤ ਦੇ 2 ਵਜੇ 1 ਵਜੇ ਮੈਨੂੰ ਫੋਨ ਕਰਦੇ, ਮੈਂ ਉੱਠ ਕੇ ਚੱਲ ਪੈਂਦੀ ਹਾਂ। ਅਤੇ ਮੈਂ ਇਹਨੂੰ ਭਰੇ ਭਾਵੇਂ ਘਰ 'ਚ ਜੁੱਤੀਆਂ ਵੀ ਪਾਉਂਦੀ ਸਿਰ 'ਚ, ਅਤੇ ਮੈਂ ਜਾਂਦੀ ਹਾਂ। ਅੱਛਾ ਕੰਮ ਕਰਦੇ ਹੋ, ਜੁੱਤੀਆਂ ਕਿਉਂ ਪਾਉਣੀਆਂ ਲੋਕ? ਮੈਂ ਇੱਥੇ ਜੰਮੂ 'ਚ ਵੀ ਲੋਕ ਤੁਸੀਂ ਐਪਰੀਸ਼ੀਏਟ ਕਰਦੇ, ਤਾਂ ਤੁਹਾਡੀ ਗੱਲ ਸਹੀ ਆ। ਕਈ ਵਾਰੀ ਫੈਮਿਲੀ ਕਹਿੰਦੀ ਹੈ ਤੂੰ ਰਾਤਾਂ ਨੂੰ 2-2 ਵਜੇ ਉੱਠ ਕੇ ਤੁਰ ਪੈਂਦੀ ਹੈ, ਤੈਨੂੰ ਉਹ ਨਹੀਂ ਹੁੰਦਾ, ਡਰ ਨਹੀਂ ਲੱਗਦੀ? ਪਰ ਮੈਂ ਡਰਦੀ ਨਹੀਂ ਹਾਂ ਸਰ, ਡਰਨਾ ਰੱਬ ਤੋਂ ਹੈ, ਬੰਦੇ ਤੋਂ ਕੀ ਡਰਨਾ, ਬੰਦਾ ਕੀ ਕਰ ਲਏਗਾ ਕਿਸੇ ਦਾ, ਕੁਛ ਕਰ ਸਕਦਾ ਬੰਦਾ? ਬੰਦੇ ਦੀ ਕੀ ਤਾਕਤ ਹੈ, ਕੋਈ ਕੁਛ ਨਹੀਂ ਕਰ ਸਕਦਾ। ਇਹ ਰੱਬ ਦਾ ਬੁਲਾਵਾ ਸੀਗਾ, ਇਹ ਰਾਮ ਜੀ ਦਾ ਬੁਲਾਵਾ ਸੀਗਾ, ਤਾਂ ਮੈਨੂੰ ਰਾਤੀ 2 ਵਜੇ ਸੁਪਨੇ 'ਚ ਆਉਂਦੇ ਹਨ, ਤਾਂ ਫਿਰ ਮੈਨੂੰ ਉੱਥੇ ਅਯੁੱਧਿਆ 'ਚ ਪਹੁੰਚਦੀ ਆ। ਇੰਨਾ ਇੰਜੋਇਮੈਂਟ ਹੁੰਦਾ, ਇੰਨਾ ਪੁੱਛੋ ਮਤ, ਰਾਮ ਰਾਮ ਹੀ ਚੱਲ ਰਿਹਾ ਹਰ ਪਾਸੇ ਤੋਂ, ਦਿਮਾਗ ਤਾਂ ਵੈਸੇ ਹੀ ਤੁਹਾਨੂੰ ਪਤਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਤਾਂ ਮੈਂ ਤਾਂ ਵੈਸੇ ਹੀ ਸਮਾਜ ਸੇਵਾ 'ਚ, ਮੈਂ ਮਜ਼ਹਬਾਂ ਨੂੰ, ਹਰ ਮਜ਼ਹਬ ਨੂੰ ਮਾਨਣ ਵਾਲੀ ਜਨਾਨੀ ਹਾਂ। ਮੈਂ ਇੱਦਾਂ ਕੁਛ ਨਹੀਂ ਹੈ ਕਿ ਹਿੰਦੂ ਹੈ, ਇਹ ਸਿੱਖ ਭਾਈ ਖੜ੍ਹਾ, ਇਹ ਮੁਸਲਿਮ ਭਾਈ ਖੜ੍ਹਾ, ਜਾਂ ਇਹ ਦੂਜੇ ਭਾਈ ਖੜ੍ਹਾ। ਮੈਂ ਸਾਰਿਆਂ ਨਾਲ ਰਲ ਮਿਲ ਕੇ ਚੱਲਦੀ ਹਾਂ, ਚਾਹੇ ਮੇਰੀਆਂ ਫਰੈਂਡਾਂ ਵੀ ਹੈਗੀਆਂ, ਹਿੰਦੂ ਵੀ ਹੈਗੀਆਂ, ਸਿੱਖ ਵੀ ਹੈਗੀਆਂ, ਕਿਉਂਕਿ ਮੈਂ ਚੰਡੀਗੜ੍ਹ 'ਚ ਮੇਰੀ ਰਹਿਸ਼ ਹੈ ਅਤੇ ਹਰ ਤਰ੍ਹਾਂ ਦੇ ਸਮਾਜ 'ਚ ਮੈਂ ਚੱਲਦੀ ਹਾਂ ਪਿੱਛੇ। ਰਾਮ ਜੀ ਦਰਸ਼ਨ ਕੀਤੇ? ਹਾਂਜੀ, ਬਹੁਤ ਵਧੀਆ ਦਰਸ਼ਨ ਹੋਏ, ਇੰਨੇ ਵਧੀਆ ਦਰਸ਼ਨ, ਇੰਨਾ ਸਕੂਨ ਲੈ ਕੇ ਆਈ ਹਾਂ, 3 ਦਿਨ ਲਗਾਤਾਰ ਦਰਸ਼ਨ ਕਰਦੀ ਰਹੀ ਹਾਂ। ਫਿਰ ਉਸ ਤੋਂ ਬਾਅਦ ਹਨੂੰਮਾਨ ਜੀ ਦੇ ਮੰਦਿਰ 'ਚ ਵੀ ਮੇਰਾ ਸਵਾਗਤ ਹੋਇਆ, ਉੱਥੇ ਵੀ ਦਰਸ਼ਨ ਕੀਤੇ, ਬਹੁਤ ਵਧੀਆ ਲੱਗਿਆ, ਬਹੁਤ ਹੀ। ਮੈਂ ਕਹਿੰਦੀ ਹਾਂ ਇੱਦਾਂ ਦਾ ਸਕੂਨ ਮੈਂ ਲਾਈਫ 'ਚ ਨਹੀਂ ਪਾਇਆ ਜਿੰਨਾ ਮੈਂ ਉੱਥੇ ਪਾਇਆ। ਅਤੇ ਪਿੱਛੇ ਆਪਣਾ ਪੰਜਾਬ 'ਚ 5 ਪੀਰਾਂ ਦਾ ਹੋ ਰਿਹਾ ਸੀਗਾ, ਜਿੱਥੇ ਹਰ ਸਾਲ ਹੁੰਦਾ ਹੈ, ਲੰਗਰ ਜਾਰੀ ਰਹਿੰਦੇ ਅਤੇ ਉੱਥੇ ਜਾਂਦੇ ਨੇ। ਉੱਥੇ ਮੈਂ ਬਲੱਡ ਦਾਨ ਕੀਤਾ ਕਿ ਕਿਸੇ ਨੂੰ ਮੇਰੇ ਬਲੱਡ ਦੀ ਕਿਆ ਪਤਾ ਕਿਸੇ ਦੀ ਜ਼ਿੰਦਗੀ ਬਚੇ, ਅਤੇ ਉੱਥੇ ਵੀ ਮੈਂ ਦਿੱਤਾ। ਮੈਂ ਐਂ ਨਾ ਲੱਗੇ ਕਿ ਮੁਸਲਿਮ ਫੈਮਿਲੀ ਤੋਂ ਆਈ ਹੋਈ ਹੈ। ਬਲੱਡ ਡੋਨੇਸ਼ਨ ਦੀ ਗੱਲ ਕਰਾ ਦੇ, ਉਹਦੇ ਕੰਨੇ ਕੰਨੇ ਤਾਂ ਮੁਸਲਿਮ ਫੈਮਿਲੀ ਦਾ, ਲੇਕਿਨ ਕੋਈ ਇੱਕ ਖਬਰ ਵੀ ਆਈ ਹੈ, ਕੋਈ ਫਤਵਾ ਵੀ ਆਇਆ, ਕੋਈ ਉਹ ਸੱਚ ਹੈ ਔਰ ਕਿਸ ਗੱਲ ਲਈ ਆਇਆ? ਫਤਵੇ ਤਾਂ ਆ ਹੀ ਰਹੇ, ਫਤਵੇ ਤਾਂ ਮੈਨੂੰ ਬਹੁਤ ਸਾਰੇ ਆ ਰਹੇ, ਇਹਦਾ ਹੀ ਜਨਾਜ਼ਾ ਨਹੀਂ ਪੜਾਂਗੇ, ਇਹਨੂੰ ਕਬਰ 'ਤੇ ਜਗ੍ਹਾ ਨਹੀਂ ਦੇਣੀ, ਰਾਮ ਜੀ ਦੇ ਮੰਦਿਰ ਜਾਣ ਦੇ, ਹਾਂਜੀ ਰਾਮ ਜੀ ਦੇ ਮੰਦਿਰ 'ਤੇ ਜਾਣ ਦੇ, ਇਹਨੂੰ ਕਸ਼ਮੀਰ 'ਚ ਨਹੀਂ ਬਣਨ ਦੇਣਾ, ਇਹਦੀ ਮੁੰਡੀ ਤੋੜ ਦੇਵਾਂਗੇ, ਇਹਨੂੰ ਮਾਰ ਦੇਵਾਂਗੇ, ਮਤਲਬ ਇਹਨੂੰ ਮਾਰ ਕੁੱਟ ਕੇ ਕਿੱਥੇ ਵੀ ਸੁੱਟ ਦੇਵਾਂਗੇ, ਇਹ ਕੌਣ ਹੁੰਦੀ ਹੈ ਇੱਦਾਂ ਜਾਣ ਵਾਲੀ? ਬਟ ਕੋਈ ਗੱਲ ਨਹੀਂ, ਮੈਂ ਇਹਨਾਂ ਲੋਕਾਂ ਤੋਂ ਨਹੀਂ ਡਰਦੀ, ਨਹੀਂ ਡਰਦੀ, ਵਾਰ ਵਾਰ ਹੀ ਕਹਿੰਦੀ ਹਾਂ ਮੈਂ ਇਹਨਾਂ ਤੋਂ ਨਹੀਂ ਡਰਦੀ, ਜਿੱਥੇ ਮੈਨੂੰ ਮਾਰਨਾ ਹੈ ਮਾਰੋ, ਮਰਨਾ ਅੱਜ ਵੀ ਹੈ, ਮਰਨਾ 100 ਸਾਲ ਦੇ ਬਾਅਦ ਵੀ ਹੈ, ਇੱਕ ਲਿਮਿਟ ਰੱਬ ਨੇ ਰੱਖੀ ਹੋਈ ਹੈ 100 ਸਾਲ ਦੀ, ਮਰਨਾ ਤਾਂ ਬੰਦਾ ਬੱਚੇ ਨੇ ਵੀ ਮਰਨਾ ਹੁੰਦਾ। ਬਟ ਇਹ ਹੈ ਕਿ ਮੈਂ ਅਗਰ ਮਰਾਂਗੀ ਤਾਂ ਮੇਰੇ ਨਾਲ ਰਾਮ ਰਾਮ ਵਾਲੇ ਬਹੁਤ ਜ਼ਿਆਦਾ ਹੋਏਗੇ, ਸਿੱਖ ਭਾਈ ਹੋਏਗੇ, ਮੁਸਲਿਮ, ਮਤਲਬ ਹਰ
ਤਰ੍ਹਾਂ ਦੀ ਕਾਸ਼ਤ, ਲੋਕ ਮੈਨੂੰ ਜਨਾਜ਼ਾ ਲੈ ਕੇ ਚੱਲੇਂਗੇ ਤਾਂ ਇਸ ਤੋਂ ਵੱਧ ਕੇ ਕੀ ਚਾਹੀਦਾ ਮੈਨੂੰ? ਅਯੋਧਿਆ ਰਾਮ ਜੀ ਦੇ ਮੰਦਿਰ 'ਚ ਵੀ ਹੈ, ਬਾਕੀ ਸਾਥੀ ਹੁੰਦੇ ਜਿਹਨੇ ਤੁਸੀਂ ਆਖਿਆ ਇੱਥੇ ਹਿੰਦੂ ਭਾਈ ਸਿੱਖ ਭਾਈ ਤੁਹਾਡੇ ਕਿੰਨਾ ਹੋਰ ਵੀ ਹੈ? ਨਹੀਂ ਜੀ, ਬਹੁਤ ਜ਼ਿਆਦਾ ਉੱਥੇ ਉੱਥੇ ਮੁਸਲਿਮ ਤਾਂ ਬਹੁਤ ਜ਼ਿਆਦਾ ਹੈ, ਮੁਸਲਿਮ ਉੱਥੇ ਬਹੁਤ ਜ਼ਿਆਦਾ ਅਯੁੱਧਿਆ 'ਚ, ਅਤੇ ਉਹ ਤੋਂ ਬਾਅਦ ਮੈਂ ਦਰਸ਼ਨ ਕਰਦੇ ਵੀ ਦੇਖੇ ਮੁਸਲਿਮ, ਹਰ ਤਰ੍ਹਾਂ ਦੇ ਸਿੱਖ ਵੀ ਉੱਥੇ ਲਾਈਨ 'ਚ ਲੱਗੇ, ਮੁਸਲਿਮ ਲੱਗੇ, ਈਸਾਈ ਵੀ ਲੱਗੇ, ਹਰ ਧਰਮ ਦੇ ਲੋਕ ਲੱਗੇ ਹੋਏ, ਕੋਈ ਇੱਦਾਂ ਵੰਡ ਵੰਡਾਈ ਉੱਥੇ ਨਹੀਂ ਹੈ। ਇਹ ਤਾਂ ਅਸੀਂ ਐਵੇਂ ਹੀ ਵੰਡ ਵੰਡਾਈਆਂ ਇੱਥੇ ਕਰਦੇ ਹਾਂ, ਕਮੈਂਟ ਪਾ ਪਾ ਕੇ ਉੱਥੇ ਕਿਉਂ ਗਈ ਉੱਥੇ ਗਈ, ਉੱਥੇ ਜਾ ਕੇ ਦੇਖੋ ਕਿ ਕੀ ਭਾਈਬੰਦੀ ਹੁੰਦੀ ਹੈ, ਕੀ ਭਾਈਚਾਰਾ ਹੈ, ਹੱਦ ਤੋਂ ਜ਼ਿਆਦਾ ਬਹੁਤ ਵਧੀਆ, ਬਹੁਤ ਵਧੀਆ। ਸਵਾਲ ਹੈ, ਤੁਹਾਡੇ ਸੁਖਨੇ 'ਚ ਆਏ ਰਾਮ ਜੀ ਤੋਂ ਦਰਸ਼ਨ ਵੀ ਕਰੀ ਆਏ, ਬੜੇ ਸਾਰੇ ਲੋਕ ਮੇਰੇ ਨੇ ਪਲਾਨਿੰਗ ਕਰਾਏ ਜਾਣਾ ਅਸੀਂ, ਲੇਕਿਨ ਅਸ ਜਾ ਹੀ ਨਹੀਂ ਸਕਦੇ, ਹਾਲਾਂਕਿ ਟ੍ਰੇਨ ਵੀ ਕੈਂਸਲ ਹੋਈ ਹੈ, ਸ਼ਾਇਦ ਕੁਦਾ ਜਾਣ, ਤਾਂ ਐਸੇ ਭਗਤਾਂ ਦਾ ਹੈ ਕੀ ਤੁਹਾਡਾ ਜਿਹੜਾ ਹੈ ਕੀ ਸੁਨੇਹਾ ਦੇਖੀ ਤੁਸੀਂ? ਮੈਂ ਤਾਂ ਇਹ ਸੁਨੇਹਾ ਦੇਣੀ ਹਾਂ, ਮੋਦੀ ਜੀ ਨੇ ਤਾਂ ਇੰਨੀਆਂ ਟ੍ਰੇਨਾਂ ਇੰਨੀਆਂ ਬੱਸਾਂ ਫ੍ਰੀ ਲਾਈਆਂ ਹੋਈਆਂ ਸੀਗੀਆਂ, ਕਿਉਂ ਨਹੀਂ ਗਏ? ਮੈਂ ਤਾਂ ਬਿਨਾਂ ਪਲਾਨ ਦੇ ਚੱਲੀ ਗਈ, ਤੁਸੀਂ ਆਹ ਸੋਚੋ, ਬਿਨਾਂ ਪਲਾਨ ਦੇ ਰੱਬ ਮੈਨੂੰ ਚੱਕ ਕੇ ਉੱਥੇ ਪਹੁੰਚਾ ਤਾ, ਇਕੱਲੀ ਜਨਾਨੀ ਗੱਡੀ, ਦੇਖੋ ਇਹ ਤੋਂ ਵੱਧ ਕੇ ਕੀ ਚਾਹੀਦਾ? ਇੰਨੀਆਂ ਫ੍ਰੀ ਲੱਗੀਆਂ ਹੋਈਆਂ ਸੀ, ਕਿਉਂ ਨਹੀਂ ਗਏ? ਕਿਉਂਕਿ ਤੁਹਾਡਾ ਬੁਲਾਵਾ ਹੀ ਨਹੀਂ ਆਇਆ, ਤੁਹਾਨੂੰ ਰੱਬ ਨੇ ਜਦ ਬੁਲਾਏਗੇ, ਹੁਣ ਤਾਂ ਜਾਓ, ਮੈਂ ਕਹਿੰਦੀ ਸਭ ਲੋਕ ਜਾਓ, ਇੰਨਾ ਇੰਨਾ ਸਕੂਨ ਮਿਲ ਕੇ ਮਿਲੇਗਾ ਉੱਥੇ, ਤੁਸੀਂ ਜਾਓ, ਸਿੱਖ ਵੀ ਜਾਏ, ਜਿਹੜੇ ਮੇਰੇ ਮੁਸਲਿਮ ਭਾਈ ਅਗਰ ਜਿਨ੍ਹਾਂ ਦਾ ਦਿਲ ਹੋ ਰਿਹਾ ਕਿ ਜਾਣ ਦਾ, ਉਹ ਵੀ ਜਾਏ, ਮੈਂ ਉਹਨਾਂ ਨੂੰ ਵੀ ਕਹਿੰਦੀ ਹਾਂ ਉਹ ਜਾਏ ਇੱਕ ਵਾਰੀ, ਦੇਖੇ ਕਿ ਹਾਂ ਸਦੀਕਾ ਖਾਨ ਕੀ ਲੈ ਕੇ ਆਈ ਉੱਥੋਂ ਦੀ, ਕੀ ਸਕੂਨ ਭਾਲ ਕੇ ਆਈ ਹੈ, ਔਰ ਉਹ ਲੋਕ ਵੀ ਭਾਲੇ। ਬਾਕੀ ਸ਼ੁਕਰੀਆ, ਥੈਂਕ ਯੂ ਸੋ ਮਚ, ਸ਼ੁਕਰੀਆ ਬੜਾ ਬੜਾ ਤੁਹਾਡਾ ਗੱਲਬਾਤ ਕਰਨ ਦਾ। ਜੋਰਾ ਮਨ ਕਰਦਾ ਜਾਓ ਔਰ ਜ਼ਰੂਰ ਪਲਾਨਿੰਗ ਕਰੀਏ, ਜਾਓ ਸਦੀਕਾ ਖਾਨ ਔਰ ਆਈ ਨਾ, ਹਾਲਾਂਕਿ ਫਤਵਾ ਆਇਆ, ਫਤਵੇ ਕੋਲ ਨਹੀਂ ਡਰਦੇ ਹਨ, ਔਰ ਸਾਰੇ ਧਰਮ ਜਿਹੜਾ ਵੀ ਹਨ ਸਰਵ ਧਰਮ ਇੰਨੇ ਆਦੇ ਸਨਾਤਨ ਧਰਮ ਦੀ ਜੈ, ਅਤੇ ਫਿਰ ਕਿਉਂ ਇਹ ਨੇ ਪੰਗੇ ਲੈਣੇ, ਕਿਉਂ ਫਤਵੇ ਕੱਢਣੇ? ਅਗਰ ਦਰਸ਼ਨ ਕਰੀ ਆਇਆ ਤਾਂ ਕਰਨੇ ਦਿਓ, ਤੁਸੀਂ ਵੀ ਜਾਓ ਦਰਸ਼ਨ ਕਰੀ ਆਓ। ਆਪਣੀ ਬੈਲੀ ਕਮੈਂਟ ਸੈਕਸ਼ਨ ਜ਼ਰੂਰ ਰੱਖੋ, ਦੇਖ ਰਹੇ ਹੋ ਗ੍ਰੇਟ ਜੰਮੂ ਤੋਂ ਕੈਮਰਾ ਸਿੰਘ, ਮੈਂ ਪੰਕਜ ਖਜੂਰੀਆ।